मेरे अगेंस्ट गैंगस्टर हाई कोर्ट च केस पाया सी ते सुजिंदर सिंह रंधावा गुंडिया नूं नत्त पा सकदा ते कंसारी नूं मैं लैके तुरना सी। पहलों कहिंदे बिक्रम मजीठिया नूं VIP ट्रीटमेंट दे रहे ने, कदी कहिंदे किसी नूं VIP ट्रीटमेंट दे रहे ने। वकील दिल्लियों भी किते ते तुहानू सारयां नूं पता कि दिल्ली तक उस केस दे मैं पैर नहीं लगन दिते। VIP ट्रीटमेंट कहिंदे किन्नू ने, मैनूं तां अज तक इन्हां दा VIP ट्रीटमेंट की समझ नहीं आई। विधानसभा दे विच अंसारी दा मुद्दा बड़ा उठा, उदों कहा गया कि ਉਹਦੀ ਪਤਨੀ ਆਉਂਦੀ ਸੀ, ਮਿਲਦੀ ਸੀ, ਫਲੈਟਾਂ 'ਚ ਰਹਿੰਦੇ ਸੀ, ਇਹ ਜ਼ਿਕਰ ਹੁੰਦਾ ਸੀ ਵਿਧਾਨ ਸਭਾ। ਮੇਰੀ ਗੱਲ ਸੁਣੋ, ਇਹ ਮੰਤਰੀ ਦਾ ਕੰਮ ਨਹੀਂ। ਕੋਈ ਵੀ ਜਿਹੜਾ ਗੈਂਗਸਟਰ ਵੱਡਾ ਹੁੰਦਾ ਉਹਨੂੰ ਅੱਜ ਵੀ ਤੁਸੀਂ ਜੇਲ੍ਹ 'ਚ ਜਾ ਕੇ ਦੇਖੋ, ਉਹਨੂੰ ਬਾਕੀ ਕੈਦੀਆਂ ਦੇ ਨਾਲ ਨਹੀਂ ਰੱਖਿਆ ਜਾਂਦਾ। ਰੰਧਾਵਾ ਸਾਹਿਬ, ਤੁਹਾਡਾ ਵੀ ਨਾਮ ਜੁੜਨ ਲੱਗ ਪਿਆ, ਹਾਲਾਂਕਿ ਸਾਬਕਾ ਮੰਤਰੀਆਂ ਦੀ ਇਸ ਲੰਬੀ ਹੁੰਦੀ ਜਾ ਰਹੀ ਹੈ ਅਤੇ ਉਹਦੇ ਵਿੱਚੋਂ ਤੁਹਾਡਾ ਨਾਮ ਹੈ। ਸਤਿੰਦਰ ਜੈਨ ਜਿਹੜਾ ਉਸ ਦਾ ਚੀਫ ਉੱਥੋਂ ਦਾ ਜੇਲ੍ਹ ਮਿਨਿਸਟਰ ਆ, ਪੰਜਾਬ ਪੁਲਿਸ ਫਿਰ ਉਹਦੇ 'ਤੇ ਕਿਉਂ ਨਹੀਂ FIR ਕਰਦੀ ਜਦੋਂ ਆਪ ਕਹਿ ਰਹੀ ਆ ਕਿ ਸਿੱਧੂ ਮੂਸੇਵਾਲਾ ਉਹਨੇ ਮਰਵਾਇਆ, ਅੰਦਰੋਂ ਚੱਲਦੀਆਂ ਰਹੀਆਂ ਗੱਲਾਂ ਪੰਜਾਬ 'ਚ ਐਕਸਟ੍ਰੈਕਸ਼ਨ ਚੱਲਦੀ ਰਹੀ ਆ, ਅਤੇ ਫਿਰ ਉੱਥੇ ਅਤੇ ਇੱਥੇ ਦਾ ਫਿਰ ਵੱਖਰਾ ਵੱਖਰਾ ਲਾਅ ਵਾ। ਸਤਿਕਾਰ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ TV, ਮੈਂ ਹਾਂ ਸੁਰਖਾਬ। ਦੋਸਤੋ, ਮੁਖਤਾਰ ਅੰਸਾਰੀ ਦੇ ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਹਲਚਲ ਪੈਦਾ ਹੋ ਚੁੱਕੀ ਹੈ ਤੇ VIP ਟ੍ਰੀਟਮੈਂਟ, ਹਾਲਾਂਕਿ ਪਿਛਲੀ ਸਰਕਾਰ ਤੇ ਦੋਸ਼ ਲੱਗ ਰਹੇ ਨੇ ਕਿ ਮੁਖਤਾਰ ਅੰਸਾਰੀ ਨੂੰ ਜੇਲ੍ਹ ਵਿੱਚ VIP ਟ੍ਰੀਟਮੈਂਟ ਦਿੱਤਾ ਜਾ ਰਿਹਾ ਸੀ ਤੇ ਜੇਲ੍ਹ ਮੰਤਰੀ, ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਆ ਰਿਹਾ ਮੇਰੇ ਨਾਲ ਰੰਧਾਵਾ ਸਾਹਿਬ ਨੇ। ਰੰਧਾਵਾ ਸਾਹਿਬ, ਤੁਹਾਡਾ ਵੀ ਨਾਮ ਜੁੜਨ ਲੱਗ ਪਿਆ, ਹਾਲਾਂਕਿ ਸਾਬਕਾ ਮੰਤਰੀਆਂ ਦੀ ਲੰਬੀ ਹੁੰਦੀ ਜਾ ਰਹੀ ਹੈ ਤੇ ਉਹਦੇ ਵਿੱਚੋਂ ਤੁਹਾਡਾ ਨਾਮ ਹੈ। ਸ਼ੁਕਰੀਆ ਕਿ ਕਰਪਸ਼ਨ ਦਾ ਨਹੀਂ ਅਜੇ ਤੱਕ ਇਹਨਾਂ ਨੇ ਲਾਇਆ, ਕਿ ਚਲੋ ਇਹ ਲੱਗਣ ਲੱਗ ਪਿਆ ਕਿ ਕੋਈ ਉਧਰੋਂ ਨਹੀਂ ਲੱਭਦਾ ਤੇ ਹੋਰ ਪਾਸੇ ਨੂੰ ਲੈ ਆਵੋ, ਇਹਨਾਂ ਦਾ ਧੰਨਵਾਦ। ਦੂਸਰੀ ਚੀਜ਼ ਮੈਂ ਦੱਸਣੀ ਚਾਹੁੰਦਾ ਕਿ VIP ਟ੍ਰੀਟਮੈਂਟ ਕਹਿੰਦੇ ਕਿਨੂੰ ਨੇ, ਮੈਨੂੰ ਤਾਂ ਅਜੇ ਤੱਕ ਇਹਨਾਂ ਦਾ VIP ਟ੍ਰੀਟਮੈਂਟ ਦੀ ਸਮਝ ਨਹੀਂ ਆਈ। ਪਹਿਲਾਂ ਕਹਿੰਦੇ ਬਿਕਰਮ ਮਜੀਠੀਆ ਨੂੰ VIP ਟ੍ਰੀਟਮੈਂਟ ਦੇ ਰਹੇ ਨੇ, ਕਦੀ ਕਹਿੰਦੇ ਕਿਸੇ ਨੂੰ VIP ਟ੍ਰੀਟਮੈਂਟ ਦੇ ਰਹੇ ਨੇ। ਪਹਿਲਾਂ ਇਹਨੂੰ ਇੱਕ ਡੈਫੀਨੇਸ਼ਨ ਇਹਦੀ ਦੱਸਣੀ ਚਾਹੀਦੀ ਹੈ ਕਿ VIP ਟ੍ਰੀਟਮੈਂਟ ਕੀ ਹੁੰਦਾ। ਇੱਕ ਮਿੰਟ ਮੈਂ, ਕੋਈ ਵੀ ਜਿਹੜਾ ਗੈਂਗਸਟਰ ਵੱਡਾ ਹੁੰਦਾ ਉਹਨੂੰ ਅੱਜ ਵੀ ਤੁਸੀਂ ਜੇਲ੍ਹ 'ਚ ਜਾ ਕੇ ਦੇਖੋ, ਉਹਨੂੰ ਬਾਕੀ ਕੈਦੀਆਂ ਦੇ ਨਾਲ ਨਹੀਂ ਰੱਖਿਆ ਜਾਂਦਾ, ਉਹਨੂੰ ਸੈਪਰੇਟ ਸੈੱਲ 'ਚ ਰੱਖਿਆ ਜਾਂਦਾ ਤਾਂ ਕਿ ਬਾਕੀ ਕੈਦੀਆਂ ਉਹਦੇ 'ਚ ਕੰਟੈਕਟ 'ਚ ਨਾ ਆ ਜਾਣ ਅਤੇ ਇਹ ਜਿਹੜਾ ਇਹਨਾਂ ਦਾ ਚੱਲ ਰਿਹਾ ਇਲਲੀਗਲ ਜਿਹੜੇ ਕੋਈ ਕੰਮ ਨੇ ਇਹ ਉਹ ਨਾ ਹੋਰ ਵੱਧ ਪੰਜਾਬ 'ਚ ਨਾ ਫੈਲਾ ਸਕਣ, ਇਹ ਮੇਨ ਮੋਟਿਵ ਹੁੰਦਾ। ਜਿਹੜੀ ਦੂਸਰੀ ਚੀਜ਼ ਕਹਿੰਦੇ ਨੇ ਕਿ VIP ਟ੍ਰੀਟਮੈਂਟ ਮਿਲਦਾ ਰਿਹਾ, ਮੈਂ ਮੰਤਰੀ ਜੀ ਨੂੰ ਇੱਕ ਚੀਜ਼ ਦੱਸਣੀ ਚਾਹੁੰਦਾ ਕਿ ਮੈਨੂੰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਜੀ ਮੰਤਰੀ ਜੀ ਨੂੰ ਜੇਲ੍ਹ ਮਿਲਿਆ ਅਤੇ ਇਹਨਾਂ ਨੂੰ ਦੱਸ ਕੇ ਜਾਓ ਤੁਸੀਂ ਜੇਲ੍ਹ ਡਿਪਾਰਟਮੈਂਟ ਬੜਾ ਵਧੀਆ ਚਲਾਉਂਦੇ ਰਹੇ ਹੋ। ਉਸ ਦਿਨ ਮੰਤਰੀ ਜੀ ਦੇ ਨਾਲ ਬੈਠਾ ਅਤੇ ਮੈਂ ਫਿਰ ਬਹੁਤੀ ਗੱਲ ਨਹੀਂ ਕੀਤੀ ਕਿਉਂਕਿ ਮੰਤਰੀ ਜੀ ਬਹੁਤ ਹਾਈਫਾਈ ਸੀ ਅਤੇ ਬਹੁਤ IQ ਦੇ ਹਿਸਾਬ ਨਾਲ ਬਹੁਤ ਉੱਚੇ ਸੀ ਅਤੇ ਮੈਂ ਫਿਰ ਮੁਨਾਸਿਬ ਨਹੀਂ ਸਮਝਿਆ ਕਿ ਏਡੇ ਇੰਟੈਲੀਜੈਂਟ ਬੰਦੇ ਨਾਲ ਕੋਈ ਗੱਲ ਕੀਤੀ ਜਾਵੇ। ਇਹ ਵਿਧਾਨ ਸਭਾ ਦੀ ਗੱਲ ਆ ਔਰ ਸੰਧਵਾ ਸਾਹਿਬ ਨੇ ਮੈਨੂੰ ਵਿਧਾਨ ਸਭਾ 'ਚ ਆਪਣੇ ਚੈਂਬਰ 'ਚ ਬੁਲਾਇਆ ਅਤੇ ਉੱਥੇ ਮੈਨੂੰ ਕਿਹਾ ਕਿ ਨਵੇਂ ਜੇਲ੍ਹ ਮੰਤਰੀ ਅਤੇ ਰੰਧਾਵਾ ਸਾਹਿਬ ਇਹਨਾਂ ਨੂੰ ਜਿਹੜਾ ਇਹਦੇ ਬਾਰੇ ਚਾਨਣਾ ਪਾਓ ਜੇਲ੍ਹ 'ਚ। ਦੂਸਰੀ ਚੀਜ਼ ਜਿਹੜੀ ਆ, ਮੈਂ ਉਸ ਜੇਲ੍ਹ ਨੂੰ ਟਾਈਮ ਟੂ ਟਾਈਮ ਤਾਂ ਨਹੀਂ ਕਦੀ, ਮੈਂ ਬਹੁਤ ਘੱਟ, ਮਿਨਿਸਟਰ ਦਾ ਕੰਮ ਹੈ ਕਿ ਹਰ ਰੋਜ਼ ਜੇਲ੍ਹਾਂ 'ਚ ਤੁਰੇ ਫਿਰਨਾ ਜਾਂ ਉਹ ਨਹੀਂ ਕਰਨਾ, ਮਿਨਿਸਟਰ ਦਾ ਕੰਮ ਆ ਐਡਮਿਨਿਸਟ੍ਰੇਸ਼ਨ ਦੇਖਣਾ। ਮੈਂ ਉਸ ਇੱਕ ਦਿਨ ਇਸੇ ਚੀਜ਼ ਦੇ ਵਿੱਚ ਜਦੋਂ ਮੈਨੂੰ ਉਦੋਂ ਵੀ ਚੈਨਲ ਵਾਲਿਆਂ ਪੁੱਛਿਆ ਜੀ ਕਿ ਉਹਦੇ ਮੁਖਤਾਰ ਅੰਸਾਰੀ ਨੂੰ ਕੀਤਾ ਜਾਂਦਾ, ਮੈਂ ਉਧਰ ਨੂੰ ਤਾਂ ਕਦੀ ਨਾ ਮੈਂ ਉਧਰ ਜਾਣਾ ਸੀ ਨਾ ਮੈਂ ਕਦੀ ਵੇਖਣਾ ਸੀ। ਹਾਂ, ਮੈਂ ਇਹ ਜ਼ਰੂਰ ਸੀ ਕਿ ਜਿਹੜੇ ਗੈਂਗਸਟਰਾਂ ਦੇ ਜਿਹੜੇ ਸੈੱਲ ਸੀ ਉੱਥੇ ਮੈਂ 2 ਵਾਰੀ ਜ਼ਰੂਰ ਜਾ ਕੇ ਚੈੱਕ ਕਰਕੇ ਆਇਆ ਔਰ ਵਿਦਆਊਟ ਕਿਸੇ ਨੂੰ ਦੱਸਿਆ ਸਿੱਧਾ ਹੀ ਗਿਆ ਅਤੇ ਉੱਥੇ ਕਰਕੇ ਚੈੱਕ ਆਇਆ। ਮੈਂ ਉਸ ਜਦੋਂ ਇੱਥੇ ਗਿਆ ਮੇਰੇ ਕੋਲ 6:30 ਮੋਰਨਿੰਗ 'ਚ ਮੈਂ ਪਹੁੰਚਿਆ, 2 ਕੌਂਸਟੇਬਲ ਵੀ ਮੈਂ ਸਸਪੈਂਡ ਕਰਕੇ ਆਇਆ ਮੇਨ ਗੇਟ 'ਤੇ, ਇੱਕ ਕੋਲ ਮੋਬਾਈਲ ਉਹਦੀ ਜੇਬ 'ਚ ਸੀ ਕਿਉਂਕਿ ਮੈਂ ਬੰਦ ਕੀਤਾ ਸੀ ਕਿ ਸੁਪਰਡੈਂਟ ਜੇਲ੍ਹ ਤੋਂ ਬਿਨਾਂ ਜਾਂ ਡਿਪਟੀ ਸੁਪਰਡੈਂਟ ਤੋਂ ਬਿਨਾਂ ਕੋਈ ਮੁਲਾਜ਼ਮ ਮੋਬਾਈਲ ਆਪਣੀ ਜੇਬ 'ਚ ਨਹੀਂ ਰੱਖੇਗਾ ਜੇਲ੍ਹ ਦੇ ਅੰਦਰ। ਇੱਕ ਉਹਨਾਂ 'ਚ ਫੜਿਆ, ਉਹਨੂੰ ਮੈਂ ਸਸਪੈਂਡ ਕਰਤਾ, ਮੇਰਾ ਅਕਾਊਂਟ ਰਿਕਾਰਡ, ਇੱਕ ਪਤਾ ਨਹੀਂ ਇਨਗੈਲੀ ਕੋਈ ਕੀਤੀ ਉਹਨੇ ਕਿ ਡਿਊਟੀ 'ਤੇ ਨਹੀਂ ਸੀ ਉਸ ਟਾਈਮ 'ਤੇ, ਕਿੱਥੋਂ ਬਾਹਰੋਂ ਦੌੜਾ ਆਇਆ ਸੀ ਅਤੇ 2 ਬੰਦੇ ਮੈਂ ਕੀਤੇ। ਜੇ ਇਹੋ ਜਿਹੀਆਂ ਗੱਲਾਂ ਹੁੰਦੀਆਂ
ਤੇ ਫਿਰ ਸੁਖਿੰਦਰ ਸਿੰਘ ਰੰਧਾਵਾ ਮੇਰੇ ਜੇਲ੍ਹ ਨੂੰ ਵੇਖਦਾ ਹੀ ਕਿਉਂ, ਸਸਪੈਂਡ ਹੀ ਕਿਉਂ ਕਰਦਾ। ਉਹਦੇ ਬਾਅਦ ਸ਼ਿਕਾਇਤਾਂ ਆਉਂਦੀਆਂ ਰਹੀਆਂ ਔਰ ਕੱਲ੍ਹ ਇੱਕ ਚੈਨਲ 'ਤੇ ਪਤਾ ਨਹੀਂ ਕਿਹੜੇ ਚੈਨਲ 'ਤੇ ਕਰ ਰਹੇ ਸੀ ਗੱਲਾਂ ਜੀ, ਉਸ ਵੇਲੇ ਚਿੱਠੀ ਰਿਲੀਜ਼ ਕਰਨੀ ਚਾਹੀਦੀ। ਮੈਂ ਇੱਕ ਚੀਜ਼ ਦੱਸ ਦੇਣੀ ਚਾਹੁੰਦਾ ਕਿ ਕੈਬਨਿਟ ਮਨਿਸਟਰ ਜਦੋਂ ਕੈਬਨਿਟ ਬਣਦੀ ਆ ਉਹ ਸੀਕ੍ਰੇਸੀ ਦੀ ਇੱਕ ਸੌਂਹ ਖਾਂਦੀ ਆ, ਅਤੇ ਸੀਕ੍ਰੇਟ ਜਿਹੜੀ ਕੋਈ ਚੀਫ ਮਿਨਿਸਟਰ ਜਾਂ ਚੀਫ ਮਿਨਿਸਟਰ ਦੀ ਗੱਲ ਮੰਤਰੀ ਨਾਲ ਡੀ ਓ ਲਿਖੇ ਜਾਂਦੇ ਨੇ ਉਹ ਪਬਲਿਸ਼ ਨਹੀਂ ਕੀਤੇ ਜਾਂਦੇ। ਹੁਣ ਉਹਨਾਂ ਫਾਰ ਉਹਨਾਂ ਦੀ ਇਨਫੋਰਮੇਸ਼ਨ ਕਿ ਉਹਨਾਂ ਨੂੰ ਪੜ੍ਹੇ ਲਿਖੇ ਨੇ ਬਹੁਤ ਬੜੇ ਲਸ਼ੇਦਾਰ ਚੈਨਲਾਂ 'ਤੇ ਬੈਠ ਕੇ ਗੱਲਾਂ ਕਰਦੇ ਨੇ, ਪਰ ਉਹਨਾਂ ਨਾਲ ਇਹ ਵੀ ਪਤਾ ਹੋਣਾ ਚਾਹੀਦਾ ਕਿ ਇਹ ਸੀਕ੍ਰੇਟ ਡਾਕੂਮੈਂਟ ਹੁੰਦੇ ਨੇ। ਇਹ ਜਦੋਂ ਸਰਕਾਰ 'ਚੋਂ ਬਾਹਰ ਨਿਕਲੇ, ਜਦੋਂ ਐਲੀਗੇਸ਼ਨ ਲੱਗਣ ਲੱਗ ਪੈਣ ਉਦੋਂ ਫਿਰ ਉਹ ਚੀਜ਼ਾਂ ਦਿਖਾਉਣੀ ਪੈਂਦੀਆਂ, ਅਦਰਵਾਈਜ਼ ਤਾਂ ਬਾਅਦ 'ਚ ਵੀ ਸਾਡਾ ਨਹੀਂ ਬਣਦਾ। ਦੂਸਰੀ ਜਿਹੜੀ ਗੱਲ ਇਹਨਾਂ ਕਹੀ ਕਿ ਜੀ ਪੰਜਾਹ ਪਚਵੰਜਾ ਲੱਖ ਦੇ, ਅਤੇ ਮੈਂ ਇੱਕ ਬਣਾ ਦਾਂ ਇੱਥੇ ਜਿਹੜੇ ਅਜਾ ਤੁਹਾਡੇ ਸਾਹਮਣੇ ਨੇ ਹੋਮਲੈਂਡ ਮੇਰੇ ਖਿਆਲ ਹਾਈਟਸ ਕੇ ਕੀ ਆ ਬਿਲਡਿੰਗ ਜਿਹੜੀ ਹੋਮਲੈਂਡ ਬਿਲਡਿੰਗ, ਉਹਨਾਂ ਦੇ ਮਾਲਕ ਨੇ ਐਫ ਆਈ ਆਰ ਲਿਖਵਾਈ। ਉਸ ਟਾਈਮ 'ਤੇ ਐਸ ਐਸ ਪੀ ਨੂੰ ਪੁੱਛਣਾ ਚਾਹੀਦਾ ਜਾਂ ਹੋਮਲੈਂਡ ਵਾਲੇ ਨੂੰ ਪੁੱਛਣਾ ਚਾਹੀਦਾ ਕਿ ਦੇ ਕਹਿੰਦੇ ਐਫ ਆਈ ਆਰ ਕੀਤੀ। ਜੇਲ੍ਹ ਮਿਨਿਸਟਰ ਦਾ ਕੰਮ ਨਹੀਂ ਐਫ ਆਈ ਆਰ ਦੇਖਣਾ ਅਤੇ ਜਾਂ ਕਰਨਾ। ਜੇਲ੍ਹ ਮਿਨਿਸਟਰ ਨੂੰ ਜੇਲ੍ਹ ਦੇ ਵਿੱਚ ਇਹਨਾਂ ਮਿਨਿਸਟਰ ਸਾਹਿਬ ਨੂੰ ਪਤਾ ਵਕੀਲ ਰਹੇ ਨੇ, ਹੁਣ ਨਹੀਂ ਕਿ ਪਤਾ ਨਹੀਂ ਮੇਰੇ ਖਿਆਲ ਦੀ ਵਕਾਲਤ ਕੈਂਸਲ ਕਰ ਦਿੱਤੀ ਆ ਉਹਨਾਂ ਨੇ, ਜਿਹੜੇ ਬਾਰ ਕੌਂਸਲ ਹੁੰਦੀ ਹੈ ਕਿ ਪਤਾ ਨਹੀਂ ਕਾਲਜ ਕੀਤੀ ਹੈ ਇਹਨਾਂ ਨੂੰ ਪਤਾ ਹੋਏਗਾ ਜਾਂ ਬਾਰ ਕੌਂਸਲ ਨੂੰ ਪਤਾ ਹੋਏਗਾ। ਐਡਵੋਕੇਟ ਰਹੇ ਨੇ, ਜੁਡੀਸ਼ੀਅਲ ਰਿਮਾਂਡ ਮਿਲਦਾ, ਜੁਡੀਸ਼ੀਅਲ ਕਸਟਡੀ ਮਿਲਦੀ, ਜੁਡੀਸ਼ੀਅਲ ਉਹਨਾਂ ਨੂੰ ਭੇਜਦੇ ਨੇ, ਜੁਡੀਸ਼ੀਅਲ ਜਿਹੜੇ ਉੱਥੇ ਜੇਲ੍ਹ 'ਚ ਭੇਜਦੇ, ਜੁਡੀਸ਼ਰੀ ਭੇਜਦੀ ਹੈ, ਨਾ ਕਿ ਜੇਲ੍ਹ ਮਿਨਿਸਟਰ ਨਾ ਜੇਲ੍ਹ ਮੰਤਰੀ ਜਾਂ ਜੇਲ੍ਹ ਡਿਪਾਰਟਮੈਂਟ ਆਪਣੇ ਆਪ ਜਿੰਦਰਾ ਖੋਲ੍ਹ ਨਹੀਂ ਸਕਦਾ ਅਤੇ ਆਪਾਂ ਆਪਣੀ ਖੋਲ੍ਹ ਕੇ ਕੱਢ ਕੇ ਨਹੀਂ ਬਾਹਰ ਸਕਦਾ। ਫਿਰ ਤਾਂ ਕੋਈ ਵੀ ਨਾ ਅੰਦਰ ਆਵੇ, ਜਿਹਨੂੰ ਮਰਜ਼ੀ ਜਿਹਦਾ ਬੰਦਾ ਆਇਆ ਉਹ ਕੱਢ ਦਿਆ ਕਰੂਗਾ। ਇਵੇਂ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਕਿ ਜਿਹੜੇ 50 ਲੱਖ ਜਾਂ 55 ਲੱਖ ਵਾਲੀ ਗੱਲ ਆ ਉਹ ਹੋਮ ਡਿਪਾਰਟਮੈਂਟ ਜਾਂ ਉਸ ਡਿਪਾਰਟਮੈਂਟ ਦਾ ਹੋਏਗਾ ਕੰਮ, ਜਿਹੜਾ ਏ ਜੀ ਆਫਿਸ ਹੈ। ਜਿਸ ਵੇਲੇ ਮੇਰੇ ਕੋਲ ਹੋਮ ਆਇਆ 3 ਮਹੀਨੇ, 3 ਮਹੀਨਿਆਂ 'ਚ ਕਿਹੜੀ ਕਿੰਨਾ ਕੁਝ ਕਰ ਜਾਣਾ ਮੇਰੇ ਕੋਲ ਆਇਆ, ਮੈਂ ਉਹ ਫੀਸਾਂ ਵਾਲੀ ਚੀਜ਼ ਚੀਫ ਸੈਕਟਰੀ ਨੂੰ ਭੇਜ ਦਿੱਤੀ ਕਿ ਉਹ ਆਪਣੇ ਲੈਵਲ 'ਤੇ ਇਹਨੂੰ ਵੈਰੀਫਾਈ ਕਰੇ ਅਤੇ ਜੋ ਇਹਦੇ 'ਤੇ ਐਕਸ਼ਨ ਕਰਨਾ ਚੀਫ ਸੈਕਟਰੀ ਆਪਣੇ ਲੈਵਲ 'ਤੇ ਕਰੇ। ਉਹਦੇ ਬਾਰੇ ਨਹੀਂ ਮੈਨੂੰ ਪਤਾ ਬਾਅਦ 'ਚ ਕਿੱਧਰ ਗਈ, ਪੇਮੈਂਟ ਹੋਈ ਜਾਂ ਨਹੀਂ ਹੋਈ। ਹਾਂ, ਇੱਕ ਜ਼ਰੂਰ ਮੈਂ ਆਪਣੇ ਟਾਈਮ 'ਚ ਕੇਸ ਲੜਿਆ ਉਹ ਬਿਕਰਮ ਮਜੀਠੀ ਦਾ, ਔਰ ਉਹ ਮੈਂ ਵਕੀਲ ਦਿੱਲੀਓਂ ਵੀ ਕੀਤੇ ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਦਿੱਲੀ ਤੱਕ ਉਸ ਕੇਸ ਦੇ ਮੈਂ ਪੈਰ ਨਹੀਂ ਲੱਗਣ ਦਿੱਤੇ ਕਿ ਉਹਦੇ 'ਚ ਬੜੇ ਵੱਡੇ ਮਜੀਠੀਆ ਸਾਹਿਬ ਨੇ ਵੀ ਬਹੁਤ ਵੱਡੇ ਕੇਸ ਕੀਤੇ, ਵਕੀਲ ਕੀਤੇ, ਪਰ ਮੈਂ ਵੀ ਉਹਦੇ 'ਚ ਵਕੀਲ ਕਰਕੇ ਗੌਰਮੈਂਟ ਵੱਲੋਂ ਕੀਤਾ। ਮੇਰਾ ਖਿਆਲ ਅਜੇ ਵੀ ਇਸ ਗੌਰਮੈਂਟ ਨੇ ਉਹਨਾਂ ਐਡਵੋਕੇਟਸ ਦੀ ਚਿਤਾਂਬਰਮ ਸਾਹਿਬ ਦੀ ਫਾਈਲ ਕਲੀਅਰ ਨਹੀਂ ਕੀਤੀ, ਮੈਂ ਆਪਣੇ ਵੱਲੋਂ ਕਲੀਅਰ ਕਰਕੇ ਭੇਜ ਦਿੱਤੀ, ਫਾਈਨਾਂਸ ਵਾਲਿਆਂ ਕੀਤੀ ਨਹੀਂ, ਅਤੇ ਅੱਜ ਵੀ ਉੱਥੇ ਬਿੱਲ ਮੇਰੇ ਖਿਆਲ ਮੈਨੂੰ ਇੱਕ ਵਾਰ ਪਿੱਛੇ ਮਿਲੇ, ਕਹਿੰਦੇ ਮੇਰੇ ਬਿੱਲ 'ਤੇ ਪੈਂਡਿੰਗ ਪਏ ਅਤੇ ਉਹ ਕਰ ਦੇਣੇ, ਮੈਂ ਤਾਂ ਜੋ ਕਰਨਾ ਸੀ ਕਰ ਦਿੱਤਾ, ਅਤੇ ਉਹਦੇ ਬਾਰੇ ਤਾਂ ਇਹ ਚੁੱਪ ਨੇ ਅੱਜ ਵੀ। ਮੈਨੂੰ ਇੱਕ ਬੜੀ ਅਫਸੋਸ ਦੀ ਗੱਲ ਆ ਕਿ ਮੀਡੀਆ ਨੇ ਜੋ ਗੱਲਾਂ ਬਾਹਰ ਕੱਢ ਕੇ ਲਿਆਉਣੀਆਂ ਹੁੰਦੀਆਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ, ਅਤੇ ਜਿਹੜੀਆਂ ਨਹੀਂ ਚੁੱਕਣ ਵਾਲੀਆਂ ਗੱਲਾਂ ਉਹਨਾਂ ਨੂੰ ਚੁੱਕਣ ਲੱਗ ਪਿਆ। ਇਹ ਮੈਨੂੰ ਨਹੀਂ ਪਤਾ ਕਿ ਮੋਟਿਵ ਕੀ ਆ। ਵਿਧਾਨ ਸਭਾ ਦੇ ਵਿੱਚ ਅੰਸਾਰੀ ਦਾ ਮੁੱਦਾ ਬੜਾ ਉੱਠਿਆ, ਉਦੋਂ ਕਿਹਾ ਗਿਆ ਕਿ ਉਹਦੀ ਪਤਨੀ ਆਉਂਦੀ ਸੀ, ਮਿਲਦੀ ਸੀ, ਫਲੈਟਾਂ 'ਚ ਰਹਿੰਦੇ ਸੀ, ਇਹ ਜ਼ਿਕਰ ਹੁੰਦਾ ਸੀ ਵਿਧਾਨ ਸਭਾ। ਮੇਰੀ ਗੱਲ ਸੁਣੋ, ਇਹ ਮੰਤਰੀ ਦਾ ਕੰਮ ਨਹੀਂ। ਅੱਜ ਮੈਂ ਵੀ ਅਖਬਾਰ 'ਚ ਪਤਾ ਨਹੀਂ ਕਿਹੜੇ ਪੇਪਰ ਜਾ ਕੇ 12 IPS, ਫਿਰ ਉਹ IPS ਵੀ ਸਭ ਲੈ ਆਉਣ ਜਿਹੜੇ। ਵੇਖੋ ਬੜੀ ਵੱਡੀ ਗੱਲ ਆ, ਜਿਹੜੀ ਐਫ ਆਈ ਆਰ ਹੋਈ ਉਹਦੀ ਕਿਉਂ ਨਹੀਂ ਉਸ ਟਾਈਮ ਦੇ ਐਸ ਐਸ ਪੀ ਨੇ ਜਾਂ ਉਹ ਹੋਮ ਡਿਪਾਰਟਮੈਂਟ ਨੇ ਉਹਦੀ ਇਨਕੁਆਇਰੀ ਕੀਤੀ ਕਿ ਝੂਠੀ ਹੈ ਕਿ ਸੱਚੀ ਆ। ਜੇ ਆਪਾਂ ਇਸੇ ਚੀਜ਼ 'ਚ ਹੀ ਆ ਜਾਂਦੇ ਹਾਂ ਕਿ ਜੇਲ੍ਹ ਦੇ ਵਿੱਚ ਜੇਲ੍ਹ ਮਿਨਿਸਟਰ ਦਾ ਜਾਂ ਹੋਰ ਕਿਸੇ ਦਾ ਬਹੁਤ ਵੱਡਾ ਰੋਲ ਆ, ਅਤੇ ਯਾਰ ਤੁਸੀਂ ਹਰ ਰੋਜ਼ ਮੁਕਤਾ ਜਿਹੜਾ ਤੁਰਿਆ ਫਿਰਦਾ ਬਿਸ਼ਨੋਈ, ਤੁਸੀਂ ਚੈਨਲਾਂ ਵਾਲੇ ਵੀ ਸਾਰੇ ਦੇਖਦੇ ਹੋ, ਹਰ ਰੋਜ਼ ਇਹਦੀ ਜੀਨ ਵੀ ਨਵੀਂ ਹੁੰਦੀ ਆ, ਟੀ ਸ਼ਰਟ ਵੀ ਉਹਦੀ ਮੇਰੇ ਖਿਆਲ ਕੋਈ ਵੀ ਅਮੀਰ ਤੋਂ ਅਮੀਰ ਵੀ ਨਹੀਂ ਉਹੋ ਜਿਹੀ ਪਾਉਂਦਾ ਜਿਹੋ ਜਿਹੀ ਪਾ ਕੇ ਬਾਹਰ ਨਿਕਲਦਾ। ਗੌਰਮੈਂਟ ਆਪ ਕਹਿ ਰਹੀ ਆ, ਪੰਜਾਬ ਪੁਲਿਸ ਕਹਿ ਰਹੀ ਆ, ਚੀਫ ਮਿਨਿਸਟਰ ਆਪ ਕਹਿ ਰਿਹਾ ਕਿ ਉੱਥੋਂ ਤਿਹਾੜ ਜੇਲ੍ਹ ਦੇ ਵਿੱਚੋਂ ਇਹ ਸਾਰਾ ਇਹਦਾ ਸਿਸਟਮ ਚੱਲਦਾ ਰਿਹਾ। ਇਹੀ ਆਉਂਦੇ ਹਨ, ਤੁਸੀਂ ਵੀ ਕਹਿੰਦੇ ਹੋ, ਅਤੇ ਸਤਿੰਦਰ ਜੈਨ ਜਿਹੜਾ ਉਸ ਦਾ ਚੀਫ ਉੱਥੋਂ ਦਾ ਜੇਲ੍ਹ ਮਿਨਿਸਟਰ ਆ, ਪੰਜਾਬ ਪੁਲਿਸ ਫਿਰ ਉਹਦੇ 'ਤੇ ਕਿਉਂ ਨਹੀਂ ਐਫ ਆਈ ਆਰ ਕਰਦੀ ਜਦੋਂ ਆਪ ਕਹਿ ਰਹੀ ਆ ਕਿ ਸਿੱਧੂ ਮੂਸੇਵਾਲਾ ਉਹਨੇ ਮਰਵਾਇਆ, ਅੰਦਰੋਂ ਚੱਲਦੀਆਂ ਰਹੀਆਂ ਗੱਲਾਂ, ਪੰਜਾਬ 'ਚ ਐਕਸਟ੍ਰੈਕਸ਼ਨ ਚੱਲਦੀ ਰਹੀ ਆ, ਅਤੇ ਫਿਰ ਉੱਥੇ
ਤੇ ਇੱਥੇ ਦਾ ਫਿਰ ਵੱਖਰਾ ਵੱਖਰਾ ਲਾਅ ਵਾ। ਮੈਂ ਇਹ ਤਾਂ ਗੱਲ ਕਹੀ ਆ ਕਿ ਜੇਲ੍ਹ ਸੁਪਰਡੈਂਟ ਕੁਆਟਰ ਦੇ ਵਿੱਚ ਰੱਖਣਾ ਬੜੀ ਬਚਕਾਨਾ ਔਰ ਮੇਰਾ ਖਿਆਲ ਹੈ ਕਿ ਮੈਂ ਹੁਣ ਕੀ ਅੱਗੇ ਕਹਿ ਸਕਦਾ ਕੁਆਟਰ ਜਿਹੜੇ ਹੁੰਦੇ ਆ ਉਹ ਜੇਲ੍ਹ ਦੇ ਅੰਦਰ ਨਹੀਂ ਹੁੰਦੇ ਉਹ ਜੇਲ੍ਹ ਤੋਂ ਬਾਹਰ ਉਹਨਾਂ ਦੇ ਹੁੰਦੇ ਆ ਤੇ ਜੇ ਇੱਥੋਂ ਲੈ ਕੇ ਹੁੰਦਾ ਤਾਂ ਸੀਸੀਟੀਵੀ ਕੈਮਰੇ ਉਦੋਂ ਤਾਂ ਲੱਗਿਆ ਜ਼ਰੂਰ ਵੇਖਣੇ ਚਾਹੀਦੇ ਆ ਅਤੇ ਐਕਸ਼ਨ ਕਰਨਾ ਚਾਹੀਦਾ। ਮੈਂ ਮੇਰਾ ਖਿਆਲ ਹੈ ਕਿ ਲਾਸਟ ਉੱਥੇ ਜਿਹੜਾ ਕੋਈ ਸਟੂਡੈਂਟ ਜੇਲ੍ਹ ਸੀਗਾ ਡੇਢ ਸਾਲ ਤੱਕ ਉੱਥੇ ਰਿਹਾ ਵਿੱਚੋਂ ਮੈਂ ਬਦਲੇ ਵੀ ਨੇ ਜਿੱਥੋਂ ਕਈਆਂ ਦੀ ਸ਼ਿਕਾਇਤਾਂ ਮਿਲਦੀਆਂ ਸੀ ਅਤੇ ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਕਿ ਮੈਂ ਉਦੋਂ ਹੀ ਕਰ ਜਾਂਦਾ ਹੁੰਦਾ ਸੀ ਔਰ ਜੇ ਮੇਰੇ ਦਿਮਾਗ 'ਚ ਇਹ ਹੁੰਦੀ ਤਾਂ ਫਿਰ ਮੈਨੂੰ ਇਹੋ ਹੀ ਇੱਕ ਗੈਂਗਸਟਰ ਲੱਭਣਾ ਸੀ। ਬਠਿੰਡਾ ਜੇਲ੍ਹ ਜਿਹੜੀ ਮੈਂ ਡਾਰਕ ਜ਼ੋਨ ਬਣਾਇਆ ਮੰਤਰੀ ਸਾਹਿਬ ਨੂੰ ਕਹਿੰਦਾ ਉੱਥੇ ਜਾ ਕੇ ਜਿੱਦਾਂ ਕਿਤੇ ਵਿਜ਼ਿਟ ਤਾਂ ਕਰਕੇ ਵੇਖੋ ਮੇਰੇ ਅਗੇਂਸਟ ਗੈਂਗਸਟਰਾਂ ਹਾਈਕੋਰਟ 'ਚ ਕੇਸ ਪਾਇਆ ਸੀ ਕਿ ਸਾਡੇ ਜਿਹੜੇ ਨੇ ਮੌਲਿਕ ਅਧਿਕਾਰ ਹਿਊਮਨ ਰਾਈਟਸ ਜਿਹੜੇ ਵਾਇਲੇਸ਼ਨ ਹੋ ਰਹੀ ਆ ਅਤੇ ਉਹਨਾਂ ਆਖਿਆ ਇਹਨਾਂ ਨੂੰ ਛੱਡੋ ਅਤੇ ਸੁਖਜਿੰਦਰ ਸਿੰਘ ਰੰਧਾਵਾ ਜੇ ਗੁੰਡਿਆਂ ਨੂੰ ਨੱਥ ਪਾ ਸਕਦਾ ਅਤੇ ਕੰਸਾਰੀ ਨੂੰ ਮੈਂ ਲੈ ਕੇ ਤੁਰਨਾ ਸੀ। ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਕਰਨੀਆਂ ਵੇਖੋ ਬੜਾ ਅਫਸੋਸ ਦੀ ਗੱਲ ਆ ਕਿ ਇਹਨਾਂ 'ਤੇ ਬਣੇ ਕੋਈ ਚੀਜ਼ ਬਣਦੀ ਆ। ਸਿਸੋਦੀਆ ਦੇ ਗੱਲ ਕੀਤਾ ਕਹਿੰਦਾ ਜੀ ਹਮ ਤੋਂ ਬਹੁਤ ਓਨੈਸਟ ਹੈ ਇਹਦਾ ਮਤਲਬ ਅਸੀਂ ਕਰਪਟ ਬੈਠੇ ਹਾਂ ਸਾਡੇ ਪਰਿਵਾਰਾਂ ਨੇ ਜ਼ਿੰਦਗੀ ਲਾ ਦਿੱਤੀ ਪੋਲੀਟਿਕਸ ਦੇ ਵਿੱਚ ਜਿਨ੍ਹਾਂ ਦੇ ਉੱਤੇ ਮੇਰੇ ਫਰ ਚਿੱਟੀ ਪੱਗ ਲੈ ਕੇ ਗਏ ਨੇ ਅਤੇ ਇਹ ਸਾਡੀ ਤੋਹੀਨ ਕਰ ਰਹੇ ਨੇ। ਜੇ ਉੱਥੇ CBI ਉਹਨੂੰ 14 ਘੰਟੇ ਕਰ ਸਕਦੇ ਕੀ ਗੱਲ ਸੁਖਜਿੰਦਰ ਸਿੰਘ ਰੰਧਾਵਾ ਨੂੰ ਬੁਲਾਉਣ ਕੱਲ੍ਹ ਮੇਰੀ ਇਨਕੁਆਇਰੀ ਤਿਆਰ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਯਾਰ ਮੈਨੂੰ ਮੈਂ ਤੇ ਤੁਹਾਨੂੰ ਮੈਂ ਕਹਿ ਰਿਹਾ ਤਿਆਰ ਕਿਉਂ ਆ ਉਹਨਾਂ ਨੂੰ ਲੋੜ ਆ ਗਈ ਤਾਂ ਮੈਨੂੰ ਕਰਨ ਟੈਲੀਫੋਨ ਅਤੇ ਨਾਲ ਉਹਨਾਂ ਨੂੰ ਵੀ ਸੱਦ ਲੈਣ ਅਤੇ ਨਾਲ ਮੰਤਰੀ ਵੀ ਬਹਿ ਜੇ ਮੰਤਰੀ ਸੰਗ ਇੰਟਰੋਗੇਟ ਕਰੇ ਆਪ ਬੈਠ ਕੇ ਛੱਡ ਦੇਵੇ ਮੰਤਰੀ ਕਰੇ ਅਤੇ ਜਿਹੜੇ ਇਹੋ ਜਿਹੇ ਐਲੀਗੇਸ਼ਨ ਲਾਉਣੇ ਸ਼ਰਮ ਆਉਣੀ ਚਾਹੀਦੀ ਹੈ ਇਹਨੂੰ ਇਸ ਕਲਾਸ ਨੂੰ ਬਦਨਾਮ ਇੰਨਾ ਕਰ ਦੇਣਾ ਪੋਲੀਟੀਕਲ ਕਲਾਸ ਨੂੰ ਇਹ ਸ਼ਰਮ ਵਾਲੀ ਗੱਲ ਆ। ਔਰ ਇੱਕ ਚੀਜ਼ ਮੈਂ ਹੋਰ ਦੱਸ ਦੇਣੀ ਚਾਹੁੰਦਾ ਇਹਨਾਂ ਦੇ ਤਾਂ 2 ਮਹੀਨੇ ਨੇ ਨਾ ਪੰਜ ਮਹੀਨੇ ਕੀ ਕੀਤਾ ਜੀ ਅੱਜ ਇਹਨਾਂ ਇਹਨਾਂ ਦਾ ਮੰਤਰੀ ਕੀ ਕਰਦਾ ਅਕਾਲੀ ਦਲ ਨੇ ਤਾਂ ਲੰਗਾਹ ਕੱਢ ਕੇ ਮਾਰਿਆ ਬਾਹਰ ਇਹਨਾਂ ਦੇ MLA ਦੀ ਫੋਟੋ ਉਹ ਵੀ ਆ ਗਈ ਵੀਡੀਓ ਵੀ ਵਾਇਰਲ ਹੋ ਗਈ ਅਤੇ ਪਾਰਟੀ 'ਚ ਰੱਖ ਕੇ ਬੈਠਿਆ ਅਤੇ ਉਹ ਕਹਿੰਦਾ ਮੈਂ ਮਰਦਾਨਗੀ ਦਿਖਾਈ ਆ ਇਹ ਮਰਦਾਨਗੀ ਆ। ਇਹਨਾਂ ਦਾ ਜਿਹੜਾ ਸਿੰਗਲਾ ਚੀਫ ਮਿਨਿਸਟਰ ਕਹਿੰਦਾ ਮੇਰੇ ਕੋਲ ਇਹਦੀ ਪੂਰੀ ਐਵੀਡੈਂਸ ਆ ਇਸ ਕਰਕੇ ਮੈਂ ਕੱਢਿਆ ਅਤੇ ਅੱਜ ਤੱਕ ਕਿਉਂ ਨਹੀਂ ਪਾਰਟੀ 'ਚੋਂ ਕੱਢਿਆ ਕਿੱਥੇ ਗਈ ਇਹਨਾਂ ਦੀ ਪਾਰਟੀ ਕਿਉਂ ਰੱਖਿਆ ਉਹਨੂੰ MLA ਕੀ ਕਹਿੰਦੇ ਇਹ ਇਮਾਨਦਾਰੀ ਸਿਖਾਉਣੀ ਆ ਕਿਹੜੀ ਇਮਾਨਦਾਰੀ ਦੀ ਗੱਲ ਕਰਦੇ ਨੇ ਇਹ ਤਾਂ ਗਾਂਹ ਜਾ ਕੇ ਪਤਾ ਲੱਗੇਗਾ। ਅਜੇ ਤਾਂ ਕਹਿੰਦੇ ਨਾ ਕੋ ਨਾ ਚੱਲੀ ਬਾਬਾ ਧਿਆਈ ਅਜੇ ਤਾਂ ਅਜੇ ਕੋ ਵੀ ਨਹੀਂ ਚੱਲੇ ਅੱਗੇ ਵੇਖੋ ਕੀ ਲੋਕਾਂ ਨੂੰ ਤਾਰੇ ਦਿਖਾਉਂਦੇ ਨੇ। ਨਾਮ ਕਿਉਂ ਆ ਰਿਹਾ ਗੱਲ ਤਾਂ ਤੁਸੀਂ ਕਹਿ ਰਹੇ ਹੋ ਵੀ ਹੋਮ ਨੇ ਤੂੰ ਲਾ ਦੇ ਕੋਈ ਲਾ ਦੇ ਹੁਣ ਜਿਹੜਾ ਇਹਦੇ ਵਾਲਾ ਕੇਸ ਹੈ ਚਲੋ ਇੱਥੇ ਹੀ ਆ ਜਾਂਦੇ ਆਸ਼ੂ ਦਾ ਕਿਸੇ ਨੂੰ ਫੜ ਲਓ ਜੀ ਇਹਨੇ ਇੰਨੇ ਪੈਸੇ ਲਏ ਇਹਦੇ ਕੋਲ ਰੋ ਸਕਦਾ ਜੀ ਮੈਂ ਕਹਿ ਦਿੰਦਾ ਉਹਨੇ ਮਾਨ ਨੇ ਮੇਰੇ ਕੋਲ 50 ਲੱਖ ਲੈ ਲਿਆ ਕਰੋਗੇ ਇਨਕੁਆਇਰੀ ਸੁਖਜਿੰਦਰ ਸਿੰਘ ਰੰਧਾਵਾ ਨਹੀਂ ਬਹਿ੦ਾ ਇਹ ਸਕਿਉਰਿਟੀ ਲਈ ਗੱਡੀ ਮਿਲੀ ਆ ਨਾ ਕਿ MLA ਦੇ ਬੈਠਣ ਲਈ ਮਿਲੀ ਆ ਇਹਦੇ ਜੋ ਜੇ ਬਹੁਦਾ ਇਹੋ ਜਿਹੇ ਤੂੰ ਤਾਂ ਲਾਉਣੀ ਆ ਲਾਹਨਤ ਇਹੋ ਜਿਹੀਆਂ ਚੀਜ਼ਾਂ ਤੇ VIP ਟ੍ਰੀਟਮੈਂਟ ਦੀ ਗੱਲ ਹੋ ਰਹੀ ਹੈ ਬਿਕਰਮ ਸਿੰਘ ਮਜੀਠੀਆ ਜਮਾਨਤ ਤੇ ਬਾਹਰ ਆਏ ਉਹ ਵੀ ਗੱਲਾਂ ਕਰ ਰਹੇ ਨੇ ਕਿ ਹਜੇ VIP ਟ੍ਰੀਟਮੈਂਟ ਚੱਲ ਰਿਹਾ ਆ ਕੁਝ ਕੁ ਬੰਦੇ ਜਿਹੜੇ ਅੰਦਰ ਨੇ ਉਹ ਗੱਦੇ ਵੀ ਆਪਦੀ ਪਸੰਦ ਦੇ ਬੈੱਡ ਵੀ ਆਪਦੀ ਪਸੰਦ ਦੇ ਇਦਾਂ ਦਾ ਜ਼ਿਕਰ ਹੋ ਰਿਹਾ ਉਹ ਤੇ ਹੁਣ ਬਿਕਰਮ ਮਜੀਠੀਆ ਦੱਸ ਸਕਦਾ ਵੇਖੋ ਇੱਕ ਚੀਜ਼ ਮੈਂ ਦੱਸ ਦੇਣੀ ਚਾਹੁੰਦਾ ਜਿਹੜਾ ਕੋਈ MLA ਜਾਂ ਐਕਸ ਮਿਨਿਸਟਰ ਆ ਉਹਨੂੰ ਗੁੰਡਿਆਂ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਚਾਹੇ ਉਹ ਵਿਰੋਧੀ ਆ ਚਾਹੇ ਬਹੁਤ ਵਿਰੋਧੀ ਆ ਉਹਦੀ ਅੰਦਰ ਹਿਫਾਜ਼ਤ ਕਰਨਾ ਜੇਲ੍ਹ ਡਿਪਾਰਟਮੈਂਟ ਦਾ ਕੰਮ ਆ ਉਹਦੀ ਸਿਹਤ ਦਾ ਖਿਆਲ ਰੱਖਣਾ ਚਾਹੇ ਕੋਈ ਲੇਮੈਨ ਆ ਚਾਹੇ ਕੋਈ ਜੇਬ ਕਤਰਾ ਵਾ ਉਹਦਾ ਧਿਆਨ ਰੱਖਣਾ ਜੇਲ੍ਹ ਡਿਪਾਰਟਮੈਂਟ ਦਾ ਕੰਮ ਆ ਇਹ ਨਹੀਂ ਕਿ ਉੱਥੇ ਉਹਨਾਂ ਨੂੰ ਜਲੀਲ ਕਰਦੇ ਉਹਨੂੰ ਸੁਧਾਰ ਕਰਕੇ ਹੈਗਾ ਜਲੀਲ ਕਰਨੀ ਤੋ ਇਸ ਲਈ ਇਹੋ ਜਿਹੀਆਂ ਗੱਲਾਂ ਕਰਨੀਆਂ ਕੋਈ ਜਾ ਕੇ ਬੈੱਡ ਫੁੱਲਣ ਲੱਗ ਪੈਣਾ ਕੋਈ ਹੋਰ ਕੁਝ ਕਰ ਲੈਣਾ ਇਹ ਮੰਤਰੀ ਜੀ ਕਹਿ ਰਹੇ ਨੇ ਕੁਝ ਬੜੇ ਮੋਬਾਈਲ ਪਹਿਲਾਂ ਨਿਕਲਦੇ 38 ਮੋਬਾਈਲ ਤੇ ਇਹਦੇ ਫਰੀਦਕੋਟ ਜੇਲ੍ਹ 'ਚੋਂ ਹੁਣੇ ਫੜੇ ਗਏ ਨੇ ਇਹਦਾ ਮਤਲਬ ਮਨਿਸਟਰ ਪੈਸੇ ਲੈਂਦਾ ਉਹਦੇ ਕੋਲੋਂ ਸੁਪਰਡੈਂਟ ਜੇਲ੍ਹ ਕੋਲੋਂ ਉਹ ਜਿਹੜੀ ਨਵੀਂ ਜੇਲ੍ਹ ਬਣੀ ਆ ਗੋਇੰਦਵਾਲ ਸਾਹਿਬ ਉੱਥੋਂ ਕਿੰਨੇ ਮੋਬਾਈਲ ਫੜੇ ਗਏ ਉੱਥੇ ਮੰਤਰੀ ਕੋਲ ਇਸ ਕਰਕੇ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਇੱਕ ਸੀਜ਼ਨ ਔਰ ਵਧੀਆ ਪੋਲੀਟੀਸ਼ੀਅਨ ਬਣ ਕੇ ਗੱਲ ਕਰਨੀ ਚਾਹੀਦੀ ਹੈ ਇੱਕ ਐਡਮਿਨਿਸਟ੍ਰੇਟਰ
ਵਾਲੀ ਜਿਹੜੀ ਉਹ ਗੱਲ ਕਰਨੀ ਚਾਹੀਦੀ ਹੈ। ਮੀਡੀਆ ਜ਼ਿਕਰ ਕੀਤਾ ਕਿ ਮੈਂ ਕੇਸ ਅੱਡੀ ਚੋਟੀ ਜਿਹਾ ਜ਼ੋਰ ਲਾਇਆ ਸੀ ਸਾਰਾ ਕੁਝ, ਉਹ ਕਹਿੰਦੇ ਵੀ ਮੇਰੇ ਬਿਆਨ ਆਇਆ ਕਿ ਪਿਛਲੀ ਸਰਕਾਰ ਨੇ ਸਿਆਸੀ ਰੰਜਿਸ਼ ਕੱਢੀ ਝੂਠੇ ਕੇਸ ਪਾਏ। ਮੈਂ ਤਾਂ ਇਹ ਕਿਹਾ ਮਜੀਠੀਆ ਸੁਪਰੀਮ ਕੋਰਟ ਤੱਕ ਗਿਆ, ਲੋ ਸੈਸ਼ਨ ਜੱਜ ਗਏ, ਉਹਦੇ ਬਾਅਦ ਹਾਈ ਕੋਰਟ ਚ ਕੁਐਸ਼ਨ ਪਾਈ, ਉਹਦੇ ਬਾਅਦ ਸੁਪਰੀਮ ਕੋਰਟ ਗਏ। ਜੇ ਗਲਤ ਕੇਸ ਹੁੰਦਾ ਤੇ ਕਦੀ ਵੀ ਨਾ ਜੇਲ੍ਹ ਚ ਜਾਂਦਾ। ਖਾਜ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਸਰੈਂਡਰ ਕਰ, ਅੱਗੋਂ ਇਹ ਇਸ ਗਵਰਨਮੈਂਟ ਦਾ ਕੰਮ ਸੀ ਜਿਹੜੀ ਅੱਡੀਆਂ ਚੁੱਕ ਚੁੱਕ ਕੇ ਜਿਹੜੀ ਐਵੇਂ ਬਿਨਾ ਪਤਾ ਨਹੀਂ ਅੰਦਰ ਕੀ ਕਰ ਰਹੀ ਜੀ, ਇਹਨੂੰ 4x8 ਵਾਲੇ ਕਮਰੇ ਚ ਪਾ ਦਿੱਤਾ। ਇਹੋ ਜਿਹੀਆਂ ਗੱਲਾਂ ਕਰਕੇ ਉਹ ਕੋਈ ਠੀਕ ਨਹੀਂ। ਕੇਸ ਬਣਿਆ ਸੁਪਰੀਮ ਕੋਰਟ ਤੱਕ ਗਿਆ, ਸੁਪਰੀਮ ਕੋਰਟ ਚ ਬੜੇ ਬੜੇ ਵੱਡੇ ਵਕੀਲ ਪੇਸ਼ ਹੋਏ, ਇਹਨਾਂ ਵੱਲੋਂ ਵੀ ਟੌਪ ਦੇ ਜਿਹੜੇ ਸੀ ਵਕੀਲ ਪੇਸ਼ ਹੋਏ ਤੇ ਅਸੀਂ ਵੀ, ਸਰਕਾਰ ਨੇ ਵੀ ਕੀਤਾ, ਸਰਕਾਰ ਦੀ ਗੱਲ ਮੰਨੀ ਗਈ ਕਿ ਇਹਦੀ ਇਨਵੋਲਵਮੈਂਟ ਹੈਗੀ ਆ ਜੀ। ਉਹਦੇ ਬਾਅਦ ਜਿਸ ਵੇਲੇ 24 ਮਾਰਚ ਨੂੰ ਕਿ 24 ਫਰਵਰੀ ਨੂੰ ਜਿੱਤੀ ਆ, ਉਸ ਵੇਲੇ ਇਲੈਕਸ਼ਨ ਕਮਿਸ਼ਨ ਦਾ ਕੋਡ ਆਫ ਕੰਡਕਟ ਸੀ, ਉਹਦੇ ਸੁਖਜਿੰਦਰ ਸਿੰਘ ਰੰਧਾਵੇ ਦੀ ਨਹੀਂ ਚੱਲਣੀ। ਜੇ ਚੱਲਦੀ ਤੇ ਨਾ ਫਿਰ ਅੱਜ ਮੇਰੇ ਤੇ ਕੇਸ ਬਣਾਇਆ ਹੋਣਾ, ਜਿੱਦਾਂ ਤ੍ਰਿਪਤ ਬਾਜਵੇ ਦੇ ਕੇ 11 ਨੂੰ ਸਾਈਨ ਕਰ ਦਿੱਤੇ ਨੇ, ਉਹ ਵੀ ਚੱਲਣੇ, ਉਹਦੇ ਚ ਮੇਰੀ ਨਹੀਂ ਸੀ ਚੱਲਣੀ। ਤੇ ਉਹਦੇ ਬਾਅਦ ਇਹਨਾਂ ਕੋਲ 4 ਮਹੀਨੇ ਇਹਨਾਂ ਦੇ ਟਾਈਮ ਚ ਜੇਲ੍ਹ ਤੇ ਜਾ ਕੇ ਚੈੱਕ ਕਰਦਾ ਮੰਤਰੀ, ਇਹਨੂੰ ਜਾ ਕੇ ਬਿਕਰਮ ਜੀਠੀ ਨੂੰ ਚੈੱਕ ਕਰਦਾ, ਜੋ ਇੱਕ ਬੜੀ ਘਟੀਆ ਔਰ ਅਖਲਾਕ ਤੋਂ ਗਰੀ ਗੱਲ ਆ ਕਿ ਆਪਣੇ ਲੈਵਲ ਦਾ ਇੱਕ ਪੋਲੀਟੀਸ਼ੀਅਨ ਹੋਵੇ ਤੇ ਉਹਨੂੰ ਜਾ ਕੇ ਉੱਠੋਏ ਬਾਹਰ ਖੜਾ ਹੋ ਤੇਰਾ ਕਮਰਾ ਚੈੱਕ ਕਰਨਾ, ਇਹ ਇਹ ਅਸੂਲਾਂ ਤੋਂ ਗਰੀ ਗੱਲ ਹੁੰਦੀ ਆ। ਦੂਸਰੀ ਚੀਜ਼, ਜੇਲ੍ਹ ਚ ਜਾਣ ਦੀ ਬਜਾਏ ਇਹਨਾਂ ਨੂੰ ਉਹਦੀ ਕਸਟੋਡੀਅਲ ਇੰਟਰੋਗੇਸ਼ਨ ਮੰਗਣੀ ਚਾਹੀਦੀ ਸੀ, ਕਿਉਂਕਿ ਇਹਨਾਂ ਦੀ SIT ਨਵੀਂ ਬਣ ਗਈ ਸੀ। ਕੀ ਉਸ SIT ਨੇ ਬਿਕਰਮ ਮਜੀਠੀਆ ਨੂੰ ਕੀਤਾ ਇੰਟਰੋਗੇਟ, ਕੀ ਉਹਦੇ ਬਿਆਨ ਲਏ, ਕੀ ਇਹਨਾਂ ਨੇ ਅੱਗੇ ਕੋਈ ਚੀਜ਼ ਕੀਤੀ, ਕੀ ਉਹਦੀ ਰਿਕਵਰੀ ਦੀ ਗੱਲ ਕੀਤੀ, ਜਿਹੜੇ ਉਹਦੇ ਕੋਈ ਜਿਨ੍ਹਾਂ ਨੇ ਬਿਆਨ ਦਿੱਤੇ ਉਹਨਾਂ ਦੇ ਕੀ ਸਟੇਟਮੈਂਟ, ਇਹ ਜਾ ਕੇ ਹਾਈਕੋਰਟ 'ਚ ਤਾਂ ਇੰਨਾ ਹੀ ਦੱਸਣਾ ਸੀ ਜਿੱਥੋਂ ਬੇਲ ਮਿਲੀ ਆ, ਉਹ ਮੈਂ ਤਾਂ ਨਹੀਂ ਸੀ ਦੱਸਣੀ ਜਿੰਨਾ ਚਿਰ ਮਿਲੇ। ਮੈਂ ਤਾਂ ਆਪਣੇ ਟਾਈਮ ਦਾ ਹੈਗਾ ਜ਼ਿੰਮੇਵਾਰ ਆ ਕਿ ਜਦੋਂ ਤੱਕ ਕੇਸ ਲੜਿਆ ਸੁਪਰੀਮ ਕੋਰਟ ਤੱਕ ਕੇਸ ਲੜਿਆ ਔਰ ਉਹ ਕੇਸ ਪੂਰਾ ਡਟ ਕੇ ਔਰ ਜੇਲ੍ਹ ਪਹੁੰਚਾਉਣ ਤੱਕ ਆਪਣਾ ਪੂਰਾ ਜੋਰ ਲਾ ਦਿੱਤਾ। ਸੋ ਜ਼ੋਰ ਪੂਰਾ ਲਾਇਆ ਸੁਖਜਿੰਦਰ ਰੰਧਾਵਾ ਦਾ ਕਹਿਣਾ ਆ, ਤੇ ਨਾਲ ਹੁਣ ਜਿਸ ਤਰੀਕੇ ਦੇ ਨਾਮ ਸਾਹਮਣੇ ਆ ਰਿਹਾ ਹੈ ਕਿ ਹਰ ਤਰ੍ਹਾਂ ਦੀ ਇਨਕੁਆਇਰੀ ਦੇ ਲਈ, ਹਰ ਤਰ੍ਹਾਂ ਦੀ ਜਾਂਚ ਦੇ ਵਿੱਚ ਸ਼ਾਮਿਲ ਹੋਣ ਦੇ ਸਹਿਯੋਗ ਦੇਣ ਨੂੰ ਤਿਆਰ ਹੈ, ਹੁਣ ਦੇਖਣਾ ਇਹ ਹੈ ਕਿ ਇਸ ਇਲਜ਼ਾਮਾਂ ਤੋਂ ਬਾਅਦ ਅੱਗੇ ਕੀ ਮੋੜ ਆਉਂਦੇ ਨੇ ਇਸ ਮਾਮਲੇ ਦੇ ਵਿੱਚ ਤੇ ਨਤੀਜਾ ਨਿਕਲਦਾ। ਮੈਂ ਸਰਕਾਰ ਆਪਣੇ ਸਹਿਯੋਗੀ ਅਸ਼ੋਕ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ।